ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ NHAI ਨੇ ਕਿਹਾ ਹੈ ਕਿ ਗੱਡੀਆਂ ਦੀ ਵਿੰਡਸਕ੍ਰੀਨ ਤੇ ਫਾਸਟ ਟੈਗ ਨਾ ਲਗਾਉਣ ਵਾਲੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲ ਕੀਤਾ ਜਾਵੇਗਾ ਅਥਾਰਟੀ ਨੇ ਕਿਹਾ ਕਿ ਕਈ ਵਾਹਨ ਚਾਲਕਾਂ ਵੱਲੋਂ ਜਾਣਬੁੱਝ ਕੇ ਵਿੰਡਸਕ੍ਰੀਨ ਤੇ ਫਾਸਟ ਟੈਗ ਨਾ ਲਗਾਉਣ ਤੇ ਟੋਲ ਪਲਾਜ਼ਾਂ ਤੇ ਗੈਰ ਲੋੜਿੰਦੀ ਦੇਰ ਹੁੰਦੀ ਹੈ ਜੈਸਨਡ ਰਾਸ਼ਟਰੀ ਰਾਜਮਾਰਗਾਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਨੇ ਅਥਾਰਟੀ ਨੇ ਕਿਆ ਕੇ ਇਸ ਸੰਬੰਧ ਵਿੱਚ ਟੋਲ ਇਕੱਠਾ ਕਰਨ ਵਾਲੀਆਂ ਏਜੰਸੀਆਂ ਲਈ ਵਿਸਤਾਰਿਤ ਸਟੈਂਡਰਡ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਗਈ ਹੈ ਦੇਸ਼ ਦੇ ਤਕਰੀਬਨ 45000 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸ ਵੇ ਲਈ ਤਕਰੀਬਨ 1000 ਟੋਲ ਪਲਾਜ਼ਾਂ ਤੇ ਟੋਲ ਵਸੂਲ ਕੀਤਾ ਜਾਂਦਾ ਹੈ